मेनू हक है किसान अंदोलन की सपोर्ट करन दा। जे तुसी नहीं करदे थोनू हक है बोलन दा, बोलो। देखो आजादी की है, जे मेनू बोलन दी आजादी है थोनू भी है, तुसी अपना बोलो, मैं अपना बोल रहा। अभी आर्टिस्ट तो बब्बू मान जी पंजाबी फिल्म इंडस्ट्री का मिर्जा बब्बू मान, ठीक है। बब्बू मान दे सेट्स ते अक्सर देखी गई है, जो शूटिंग होंदी सी। ਉਹ ਵੀ ਦੱਸ ਸਕਦਾ ਨਹੀਂ, ਮੇਰੇ ਤੋਂ ਕੱਲੇ ਤੋਂ ਬਿਠਾ ਕੇ ਪੁੱਛ ਲਿਓ, ਨਹੀਂ ਕੰਗਣਾ ਰਣੌਤ ਨੂੰ ਬੁਲਾ ਲਿਓ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਧੜਕਨ ਪੰਜਾਬੀ ਉੱਪਰ। ਦੋਸਤੋ, ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਵੱਡੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਹੁਣਾਂ ਨੇ ਪਹਿਲੀ ਵਾਰ ਕੰਗਣਾ ਰਣੌਤ ਬਾਰੇ ਗੱਲ ਕੀਤੀ ਅਤੇ ਕਿਸਾਨਾਂ ਨੂੰ ਗਲਤ ਬੋਲਣ ਤੇ ਦਿੱਤਾ ਪੂਰਾ ਠੋਕਵਾਂ ਜਵਾਬ। ਸ਼ਾਇਦ ਤੁਸੀਂ ਵੀ ਖਬਰ ਸੁਣ ਕੇ ਹੈਰਾਨ ਹੋ ਜਾਓ ਕਿ ਬੱਬੂ ਮਾਨ ਤੇ ਕੰਗਣਾ ਰਣੌਤ ਬਾਰੇ ਗੱਲ ਇਹ ਕਿਵੇਂ ਹੋ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਕਿਸੇ ਬਾਰੇ ਬੱਬੂ ਮਾਨ ਸ਼ਰਿਆਮ ਗੱਲ ਨਹੀਂ ਕਰਦੇ। ਇੱਥੇ ਇਸੇ ਤਰ੍ਹਾਂ ਹੁੰਦਾ ਦਿਖਾਈ ਦਿੱਤਾ ਇੱਕ ਵੱਖਰੇ ਤਰੀਕੇ ਦੇ ਨਾਲ, ਕਿਉਂਕਿ ਕਿਸਾਨੀ ਸੰਘਰਸ਼ ਦੀ ਜਿੱਤ ਤੋਂ ਬਾਅਦ ਬੱਬੂ ਮਾਨ ਕਾਫੀ ਜਗ੍ਹਾ ਕਿਸਾਨਾਂ ਦੇ ਸਵਾਗਤ ਕਰਦੇ ਵੀ ਦਿਖਾਈ ਦੇ ਰਹੇ ਹਨ। ਇਸੇ ਦੇ ਨਾਲ ਵੱਡੀ ਸ਼ਖਸੀਅਤ ਹੋਣ ਕਰਕੇ ਬੱਬੂ ਮਾਨ ਦੇ ਨਿਊਜ਼ ਚੈਨਲਾਂ ਵੱਲੋਂ ਇੰਟਰਵਿਊ ਵੀ ਲਏ ਜਾ ਰਹੇ ਹਨ ਤੇ ਉਹਨਾਂ ਤੋਂ ਸੁਝਾਅ ਪੁੱਛੇ ਜਾ ਰਹੇ ਹਨ। ਹਾਲ ਹੀ ਵਿੱਚ ਇੱਕ ਕਾਨਫਰੰਸ ਦੇ ਦੌਰਾਨ ਬੱਬੂ ਮਾਨ ਤੋਂ ਐਂਕਰ ਵੱਲੋਂ ਸਵਾਲ ਪੁੱਛ ਲਿਆ ਗਿਆ ਬਾਲੀਵੁੱਡ ਐਕਟਰਸ ਕੰਗਣਾ ਰਣੌਤ ਬਾਰੇ। ਇਸ ਤੋਂ ਪਹਿਲਾਂ ਸ਼ਾਇਦ ਬੱਬੂ ਮਾਨ ਹੁਣਾਂ ਤੋਂ ਇਸ ਬਾਰੇ ਸਵਾਲ ਨਹੀਂ ਪੁੱਛਿਆ ਗਿਆ ਸੀ ਤੇ ਨਾ ਹੀ ਉਹਨਾਂ ਨੇ ਕਿਸੇ ਦਾ ਨਾਮ ਲੈ ਕੇ ਕਦੇ ਜਵਾਬ ਦਿੱਤਾ ਸੀ। ਪਰ ਇੱਥੇ ਵੀ ਇੱਕ ਵੱਖਰੇ ਤਰੀਕੇ ਨਾਲ ਬੱਬੂ ਮਾਨ ਕੰਗਣਾ ਰਣੌਤ ਬਾਰੇ ਗੱਲ ਕਰ ਗਏ ਤੇ ਕਿਹਾ ਕਿ ਕਿਵੇਂ ਇਹਨਾਂ ਸਭ ਨੂੰ ਇਗਨੋਰ ਕਰਕੇ ਆਪਣੇ ਰਸਤੇ ਸਾਨੂੰ ਚੱਲਦੇ ਰਹਿਣਾ ਚਾਹੀਦਾ। ਮੈਨੂੰ ਹੱਕ ਹੈ ਕਿਸਾਨ ਅੰਦੋਲਨ ਦੀ ਸਪੋਰਟ ਕਰਨ ਦਾ, ਜੇ ਤੁਸੀਂ ਨਹੀਂ ਕਰਦੇ ਤੁਹਾਨੂੰ ਹੱਕ ਹੈ ਬੋਲਣ ਦਾ, ਬੋਲੋ। ਦੇਖੋ ਆਜ਼ਾਦੀ ਕੀ ਹੈ, ਜੇ ਮੈਨੂੰ ਬੋਲਣ ਦੀ ਆਜ਼ਾਦੀ ਹੈ ਤੁਹਾਨੂੰ ਵੀ ਹੈ, ਤੁਸੀਂ ਆਪਣਾ ਬੋਲੋ, ਮੈਂ ਆਪਣਾ ਬੋਲ ਰਿਹਾ। ਪਰ ਜਦੋਂ ਮੈਂ ਆਪਣਾ ਕੰਮ ਛੱਡ ਕੇ ਤੁਹਾਡੇ ਨਾਲ ਬਹਿਸ ਕਰੂੰਗਾ, ਉਹਦੇ ਨਾਲ ਤੁਹਾਡੀ ਮਸ਼ਹੂਰੀ ਹੋਊਗੀ ਨਾ। ਇਹ ਕੰਮ ਕਿਉਂ ਕਰਦੇ ਆਪਾਂ? ਇੱਕ ਬੰਦਾ ਤੁਹਾਨੂੰ ਗਾਲਾਂ ਕੱਢਦਾ, ਤੁਸੀਂ ਦੇਖੋ ਹੀ ਨਾ, ਉਹਨੂੰ 200 ਬੰਦਾ ਦੇਖ ਲਓ, 1000 ਦੇਖ ਲਓ, ਬਸ ਜਦੋਂ ਆਪਾਂ ਲੜਾਂਗੇ ਤਾਂ ਫਿਰ ਤਮਾਸ਼ਾ ਹੋਊਗਾ। ਆਪਾਂ ਤਮਾਸ਼ਾ ਕਿਉਂ ਕਰਨਾ? ਯਾਦਗਾਰ ਚੱਕਰਾਂ 'ਚ ਕਿਉਂ ਪੈਂਦੇ? ਯਾਦਗਾਰ ਬਣਾਉਣ ਦੀ ਆਪਦੇ ਕਿਰਦਾਰ ਦੀ ਬੁਲੰਦੀ ਨਹੀਂ ਛੱਡਣੀ, ਮੈਂ ਤੁਹਾਨੂੰ ਹਰ ਵਾਰੀ ਸਮਝਾਉਣਾ। ਇਹ ਜੇ ਇੰਨੀਆਂ ਗੱਲਾਂ ਤੇ ਉਲਝਣ ਲੱਗ ਗਏ, ਉਹ ਕੀ ਕਹਿੰਦਾ, ਉਹ ਕੀ ਕਹਿੰਦੀ, ਜੋ ਉਹ ਕਹਿੰਦਾ ਕਹੀ ਜਾਵੇ, ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕੀ ਕਹਿਣਾ। ਕਿਸੇ ਵੀ ਅੰਦੋਲਨ ਦੀ ਸਭ ਤੋਂ ਵੱਡੀ ਜਿਹੜਾ ਜ਼ਰੂਰੀ ਕੰਮ ਕੀ ਹੁੰਦਾ ਕਿ ਆਪਾਂ ਸਭ ਨੂੰ ਜੋੜਨਾ। ਇੱਥੇ ਬੱਬੂ ਮਾਨ ਹੁਣਾਂ ਵੱਲੋਂ ਇਸ ਤਰ੍ਹਾਂ ਜਵਾਬ ਇਸ ਲਈ ਵੀ ਜ਼ਰੂਰ ਸੀ ਕਿਉਂਕਿ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਕੰਗਣਾ ਦੇ ਉਹਨਾਂ ਦੇ ਨਾਲ ਲਿੰਕ ਵੀ ਜੋੜੇ ਜਾ ਰਹੇ ਸਨ। ਕੁਝ ਜਾਣਿਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਬੱਬੂ ਮਾਨ ਦੇ ਨਾਲ ਰਿਸ਼ਤਾ ਰੱਖਿਆ ਕੰਗਣਾ ਨੇ ਤੇ ਬਾਅਦ ਵਿੱਚ ਬੰਬੇ ਫਿਲਮ ਇੰਡਸਟਰੀ ਵਿੱਚ ਗਈ। ਪੰਜਾਬੀ ਫਿਲਮ ਇੰਡਸਟਰੀ ਦਾ ਮਿਰਜ਼ਾ ਬੱਬੂ ਮਾਨ, ਠੀਕ ਹੈ। ਬੱਬੂ ਮਾਨ ਦੇ ਸੈੱਟਸ ਤੇ ਅਕਸਰ ਦੇਖੀ ਗਈ ਆ ਉਹ, ਜਦੋਂ ਸ਼ੂਟਿੰਗ ਹੁੰਦੀ ਸੀ। ਉਹ ਵੀ ਦੱਸ ਸਕਦਾ ਨਹੀਂ, ਮੇਰੇ ਤੋਂ ਕੱਲੇ ਤੋਂ ਬਿਠਾ ਕੇ ਪੁੱਛ ਲਿਓ, ਨਹੀਂ ਕੰਗਣਾ ਰਣੌਤ ਨੂੰ ਬੁਲਾ ਲਿਓ। ਹਾਲਾਂਕਿ ਬੱਬੂ ਮਾਨ ਨੇ ਕਦੇ ਵੀ ਇਸ ਬਾਰੇ ਕੋਈ ਇਸ਼ਾਰਾ ਨਹੀਂ ਦਿੱਤਾ, ਪਰ ਸਭ ਨੂੰ ਹੀ ਪਤਾ ਕਿ ਉਹਨਾਂ ਦੇ ਕਰੀਅਰ ਦੇ ਪੀਕ ਤੇ ਹਰ ਇੱਕ ਐਕਟਰਸ ਹੀ ਉਹਨਾਂ ਨਾਲ ਕੰਮ ਕਰਨਾ ਚਾਹੁੰਦੀ ਸੀ ਤੇ ਹੋ ਸਕਦਾ ਕਿ ਕੰਗਣਾ ਰਣੌਤ ਵੀ ਇਹਨਾਂ ਵਿੱਚੋਂ ਇੱਕ ਹੋਵੇ। ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਧੜਕਨ ਪੰਜਾਬੀ।